ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਗਾਲੀ ਦੇ ਇਨਸਾਫ ਮੋਰਚੇ ਦੇ ਆਈਆਂ ਹੋਈਆਂ ਸੰਗਤਾਂ, ਉਹਨਾਂ ਨੂੰ ਮੈਂ ਬਹੁਤ ਇੱਜ਼ਤ ਦੇ ਨਾਲ, ਸਤਿਕਾਰ ਦੇ ਨਾਲ ਜੀ ਆਇਆਂ ਕਹਿੰਦਾ। ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ 1 ਜੂਨ ਤੋਂ ਲੈ ਕੇ ਅੱਜ ਤੱਕ ਇਨਸਾਫ਼ ਮੋਰਚਾ ਆਰੰਭਿਆ ਹੈ। ਪਹਿਲੇ ਦਿਨ ਅਸੀਂ ਕੁੱਝ ਹੀ ਸੱਜਣ ਸੀਗੇ, ਪਰ ਅੱਜ 7 ਤਰੀਕ ਨੂੰ ਲੱਖਾਂ ਦੀ ਤਾਦਾਦ ਦੇ ਵਿੱਚ ਇਸ ਇਨਸਾਫ ਮੋਰਚੇ ਦਾ ਸਾਥ ਦਿੱਤਾ। ਸਾਡੇ ਉੱਤੇ ਕਈ ਵਾਰੀ ਇਲਜ਼ਾਮ ਲੱਗੇ ਹੈ, ਪ੍ਰਕਾਸ਼ ਸਿੰਘ ਬਾਦਲ ਦੇ, ਸੁਖਬੀਰ ਸਿੰਘ ਦੇ, ਕਿ ਜੇ ਇਹ ਮੋਰਚਾ ਚੱਲਿਆ ਰਿਹਾ ਇੱਥੇ ਅਮਨ ਤੇ ਸ਼ਾਂਤੀ ਭੰਗ ਹੋ ਜੂਗੀ। ਸੁਖਬੀਰ ਸਿੰਘ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇੱਥੇ ਬਰਗਾੜੀ ਦੇ ਵਿੱਚ ISI ਏਜੰਟ ਹੈਗੇ ਹੈ। ਫਿਰ ਕਹਿੰਦਾ ਕਿ ਇੱਥੇ ਕਾਂਗਰਸੀ ਆਉਂਦੇ ਹੈ, ਇਹਦੇ ਤੋਂ ਜ਼ਿਆਦਾ ਵੱਡਾ ਸਬੂਤ ਕੀ ਹੋ ਸਕਦਾ ਕਿ ਬਾਦਲ ਦਲ ਦਾ ਮੀਤ ਪ੍ਰਧਾਨ ਸਰਦਾਰ ਮਨਜੀਤ ਸਿੰਘ ਮੇਰੇ ਸਾਹਮਣੇ ਬੈਠੇ ਆ। ਇਹਨਾਂ ਨੂੰ ਪੁੱਛ ਲਓ ਕਿ ਤੁਸੀਂ ਕੀ ਰਿਪੋਰਟ ਬਾਦਲ ਨੂੰ ਤੇ ਸੁਖਬੀਰ ਨੂੰ ਦਿਓਗੇ ਕਿ ਤੁਸੀਂ ISI ਦੇ ਏਜੰਟ ਇੱਥੇ ਦੇਖੇ, ਇੱਥੇ ਕਾਂਗਰਸੀ ਦੇਖੇ ਹੈ, ਅੱਖੀ ਦੇਖਿਆ ਹਾਲ ਸਰਦਾਰ ਮਨਜੀਤ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਨੂੰ ਅੱਜ ਹੀ ਦੱਸ ਦਿਓ ਕਿ ਇਸ ਤਰ੍ਹਾਂ ਕਹਿਣ ਦੇ ਨਾਲ ਖਤਰਾ ਅਮਨ ਨੂੰ ਹੋਊਗਾ, ਹਿੰਦੂਆਂ ਨੂੰ ਬਖਸ਼ਾਉਂਦਾ, ਹਿੰਦੂਆਂ ਨੂੰ ਇੰਡੀਆ ਦੇ ਵਿੱਚ ਕਾਹਦਾ ਖਤਰਾ ਹੋ ਸਕਦਾ। ਸਾਰੀ ਫੌਜ ਹਿੰਦੂ ਦੀ, ਸੁਪਰੀਮ ਕੋਰਟ, ਹਾਈ ਕੋਰਟਾਂ ਹਿੰਦੂਆਂ ਦੀਆਂ, ਸਾਰੀ ਬਾਬੂਸ਼ਾਹੀ, ਸਾਰੇ ਅਫਸਰ ਹਿੰਦੂਆਂ ਦੇ ਅਧੀਨ, ਤੇ ਪਾਰਲੀਮੈਂਟ ਹਿੰਦੂਆਂ ਦੀ ਬਹੁਤ ਗਿਣਤੀ। ਜੇ ਅਸੀਂ ਸਿੱਖ ਚਲੇ ਜਾਈਏ ਪਾਰਲੀਮੈਂਟ ਦੀ ਗਿਣਤੀ 543 ਹੈ। ਅਸੀਂ ਤਾਂ ਸਿਰਫ ਜਿਹੜੇ ਸਿੱਖੀ ਦੀ ਗੱਲ ਕਰਦੇ ਹਾਂ 1-2 ਹੀ ਹੁੰਦੇ ਹੈ। ਫਿਰ ਕਿਸੇ ਹਿੰਦੂ ਨੂੰ ਆਪਣੇ ਮੁਲਕ ਦੇ ਵਿੱਚ ਖਤਰਾ ਨਹੀਂ ਹੋਣਾ ਚਾਹੀਦਾ। ਇਹ ਤਾਂ ਉਹੀ ਗੱਲ ਕਰਤੀ ਕਿ ਇੱਕ ਬਾਣੀ ਨੇ
ਕਿਸਾਨ ਨੂੰ ਨੱਪ ਲਿਆ ਤੇ ਉੱਤੇ ਬੈਠ ਰੋਈ ਜਾਵੇ। ਕਿਸੇ ਨੇ ਬਾਣੀਏ ਨੂੰ ਪੁੱਛਿਆ ਕਿ ਤੂੰ ਤਾਂ ਕਿਸਾਨ ਨੱਪਿਆ ਹੋਇਆ, ਬਾਣੀਏ ਕਹਿੰਦਾ ਜਦੋਂ ਉੱਠ ਪਿਆ ਤਾਂ ਮੈਨੂੰ ਕੁੱਟੂਗਾ। ਹੁਣ ਦੱਸੋ ਸਾਰਾ ਪ੍ਰਸ਼ਾਸਨ ਸਾਰਾ ਕੁਛ ਹਿੰਦੂ ਦੇ ਹੱਥ ਦੇ ਵਿੱਚ ਹੋਵੇ ਤੇ 2% ਸਿੱਖ ਤੇ ਕੀ ਕਰ ਸਕਦੇ ਆ। ਇਹ ਸੰਯੁਕਤਵਾਦ ਸਰਕਾਰ ਨੇ ਸਾਡੇ ਮੁਲਕਾਂ ਦੇ ਵਿੱਚ ਸਿੱਖਾਂ ਵਿਰੁੱਧ ਕੰਨ ਭਾਰ ਦਿੱਤੇ ਆ ਕਿ ਸਿੱਖ ਅੱਤਵਾਦੀ ਹੈ। ਹਿੰਦੁਤਵਾ ਨੇ ਨਹੀਂ, ਸਾਡੀ ਜਿਹੜੀ ਪ੍ਰੈਸ ਹੈ ਇਸ ਨੇ ਵੀ ਸਾਨੂੰ ਕਿਹਾ ਕਿ ਇਹ ISI ਦੇ ਏਜੰਟ ਹੈ। ਇਹ ਅੱਜ ਰੋਜ਼ ਸਾਨੂੰ ਕੀ ਕਹਿੰਦੀ ਹੈ ਕਿ ਇਹ ਅੱਤਵਾਦੀ ਹੈ, ਇਹ ਦਹਿਸ਼ਤ ਕਰਦੀ ਹੈ, ਰੇਡੀਕਲ ਹੈ, ਇਹ ਹਾਰਡ ਲਾਈਨਰ ਹੈ। ਅੱਜ ਵੀ ਜੇ ਤੁਸੀਂ ਟ੍ਰਿਬਿਊਨ ਪੜੋਗੇ ਇੱਕ ਨਾ ਇੱਕ ਸ਼ਬਦ ਇਹਨਾਂ ਅੰਗਰੇਜ਼ੀ ਅਖਬਾਰਾਂ ਦੇ ਵਿੱਚੋਂ ਤੁਹਾਨੂੰ ਲੱਭ ਜਾਊਗਾ। ਸਾਡੇ ਹੌਸਲਾ ਤੁਹਾਡੇ ਕੋਲੇ ਕੀ ਸਬੂਤ ਹੈ? ਅਮਨ ਪਸੰਦ ਤਰੀਕੇ ਦੇ ਨਾਲ 4 ਮਹੀਨੇ ਤੋਂ ਉੱਤੇ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਅਮਨ ਪਸੰਦ ਤਰੀਕੇ ਦੇ ਨਾਲ ਇਹ ਮੋਰਚਾ ਚੱਲ ਰਿਹਾ। ਇਹਦੇ ਵਿੱਚ ਤੁਹਾਨੂੰ ਕੀ ਕਮੀ ਹੈ ਕਿ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ ਕਿ ਇੱਥੇ ਅਮਨ ਭੰਗ ਹੋ ਜਾਊਗਾ? ਕਿ ਅਖਬਾਰਾਂ ਸਾਨੂੰ ਇਸੇ ਤਰ੍ਹਾਂ ਹੀ ਅੱਤਵਾਦੀ ISI ਦੇ ਏਜੰਟ ਤੇ ਰੈਡੀਕਲ ਤੇ ਸਖ਼ਤ ਖਿਆਲਾਂ ਦੇ ਸੱਤ ਜਾਣਗੇ? ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਹਿੰਦੂ ਕੌਮ ਹੈ ਉਹ ਬਹੁਤ ਸਿਆਣੀ ਹੁੰਦੀ ਹੈ, ਮੈਂ ਸਿੱਖ ਹੈ, ਇਸ ਮੇਥੋਂ ਬਹੁਤ ਸਿਆਣੀ ਹੈ। ਹੁਣ ਜੇ ਆਪ ਹੀ ਕਹੀ ਜਾਣ ਕਿ ਸਿੱਖ ISI ਦੇ ਏਜੰਟ ਹੈ, ਫਿਰ ਸਾਧ ਸੰਗਤ ਜੀ ਇਸ ਕੌਮ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜੇ ਇੱਡੇ ਮੈਦਾਨ ਦੇ ਵਿੱਚ ISI ਇੱਡੀ ਤਾਦਾਦ ਦੇ ਵਿੱਚ ਫੈਲ ਗਈ ਹੈ ਤਾਂ ਫਿਰ ਤੁਹਾਡੇ ਹਿੱਸੇ ਕੀ ਰਹਿੰਦਾ? ਹੁਣ ਦੱਸੋ ਮੈਨੂੰ ਅੱਜ ਮੈਂ ਸਾਰੇ ਸਪੀਕਰਾਂ ਨੂੰ ਸੁਣਿਆ, ਬੇਸ਼ੱਕ ਸਰਦਾਰ ਵੀਰ ਦਵਿੰਦਰ ਸਿੰਘ ਹੋਵੇ, ਬੇਸ਼ੱਕ ਸਰਦਾਰ ਜਸਮੀਤ ਸਿੰਘ ਹੋਣ, ਬੇਸ਼ੱਕ ਛੋਟੇਪੁਰ ਸਾਹਿਬ ਹੋਣ, ਬੇਸ਼ੱਕ ਸਰਦਾਰ ਭਗਵੰਤ ਸਿੰਘ ਮਾਨ ਹੋਣ, ਬੇਸ਼ੱਕ ਭਾਈ ਮਨਜੀਤ ਸਿੰਘ ਹੋਣ, ਬੇਸ਼ੱਕ ਸੁਖਪਾਲ ਸਿੰਘ ਖਹਿਰਾ ਸਾਹਿਬ ਹੋਣ, ਖਹਿਰਾ ਸਾਹਿਬ ਹੋਣ, ਬਾਬਾ ਸਰੂਪ ਸਿੰਘ ਹੋਣ, ਸਾਰਿਆਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਦਾ। ਇੱਥੋਂ ਤੱਕ ਕਿ ਕਿਹਾ ਕਿ ਜਿਹੜੇ ਸਿੱਖ ਹੈ
ਜਿਹੜੇ ਦਸਵੇਂ ਪਾਤਸ਼ਾਹ ਉਹ ਮੁਲਕ ਤੋਂ ਵੀ ਵੱਡੇ ਹੈਗੇ ਆ। ਇਹ ਸਾਬਕਾ ਕਾਂਗਰਸ ਦੇ ਉੱਚ ਸ਼ਖਸੀਅਤ ਜਸਮੀਤ ਸਿੰਘ ਬਰਾੜ ਨੇ ਕਿਹਾ, ਜਗਮੀਤ ਸਿੰਘ ਬਰਾੜ ਨੇ ਕਿਹਾ, ਜੇ ਇੱਥੋਂ ਤੱਕ ਇਹ ਪਹੁੰਚ ਗਏ ਹੈ ਤੇ ਫਿਰ ਅੱਗੇ ਕਹਿਣ ਦੇ ਲਈ ਕੀ ਤੁਹਾਨੂੰ ਇੱਥੇ ਰੁਕਾਵਟ ਪਈ ਆ? ਕੋਈ ਮਿਸ਼ਰੀ ਖਵਾ ਦਈਏ, ਕੋਈ ਲੌਂਗ ਖਵਾ ਦਈਏ, ਕੀ ਅੱਗੇ ਚੱਲੋਗੇ? ਸਰਦਾਰ ਮਨਜੀਤ ਸਿੰਘ ਬੈਠੇ ਰਹੇ ਆ, ਅੰਤ ਦੇ ਵਿੱਚ ਕਹਿੰਦੇ ਕਿ ਗਰਮ ਖਿਆਲੀਆਂ ਤੋਂ ਸ਼ੈਤਾਨਾਂ ਤੋਂ ਬਚ ਕੇ ਰਹੋ। ਹੁਣ ਗਰਮ ਖਿਆਲੀ ਤੇ ਸ਼ੈਤਾਨ ਕਿਉਂ ਕਹਿੰਦੇ ਆ? ਕੌਣ ਹੈ ਇਹ? ਇਹ ਹੋਰ ਕੌਣ ਹੈ? ਇਹ ਸਿਮਰਨਜੀਤ ਸਿੰਘ ਮਾਨ ਹੈ। ਫਿਰ ਸਿੱਧੇ ਹੀ ਕਹਿ ਲਓ, ਰਾਮੂ ਵਾਲੀਆ 7 ਤਰੀਕ ਦੀ ਰਾਤ ਨੂੰ ਉਸਨੇ ਉੱਤੇ ਕਿਹਾ ਕਿ ਮੰਡ ਸਾਹਿਬ ਤੇ ਦੱਦੂਵਾਲ ਸਾਹਿਬ ਇੱਥੇ ਉਹ ਲੋਕ ਹੋਣਗੇ ਜਿਹੜੇ ਦੇਸ਼ ਨੂੰ ਤੋੜਨ ਵਾਲੇ ਹੋਣਗੇ। ਹੁਣ ਜੇ ਅਸੀਂ ਆਜ਼ਾਦੀ ਮੰਗਦੇ ਹਾਂ, ਇਹ ਸਾਡਾ ਜਾਇਜ਼ ਹੱਕ ਹੈ। 1950 ਦੇ ਵਿੱਚ ਜਿਹੜਾ ਸੰਵਿਧਾਨ ਲਿਖਿਆ ਗਿਆ, ਜਿਹੜੇ ਸਾਡੇ ਵੱਡੇ ਭਰਾਵਾਂ ਨੇ, ਬਜ਼ੁਰਗਾਂ ਨੇ, ਗਾਂਧੀ ਨੇ, ਪਟੇਲ ਨੇ ਸਾਡੇ ਸਿੱਖਾਂ ਦੇ ਨਾਲ ਵਾਅਦੇ ਕੀਤੇ ਸੀ, ਉਹਨਾਂ ਦੇ ਉੱਤੇ ਉੱਪਰ ਨਹੀਂ ਆਏ। ਫਿਰ ਸਾਡੇ ਦੋ ਨੁਮਾਇੰਦੇ ਸਰਦਾਰ ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਜਿਹੜੇ ਅਸੈਂਬਲੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹਦੇ ਮੈਂਬਰ ਸੀਗੇ। ਫਿਰ ਸਾਧ ਸੰਗਤ ਜੀ ਉਹ ਦੋ ਮੈਂਬਰਾਂ ਨੇ ਸਿੱਖਾਂ ਦੇ ਤੌਰ ਦੇ ਉੱਤੇ ਸੰਵਿਧਾਨ ਦੇ ਉੱਤੇ ਦਸਖਤ ਨਹੀਂ ਕੀਤੇ ਹੈ। ਅਸੀਂ ਸਿੱਖਾਂ ਨੇ, ਇਹ ਅਸਲੀ ਗੱਲ ਹੈ, ਕਾਨੂੰਨੀ ਗੱਲ ਹੈ, ਬੋਝੇ ਚ ਪਾ ਲਓ ਨਾ ਮੰਨੋ, ਪਰ ਸਿੱਖਾਂ ਦੇ ਨੁਮਾਇੰਦਿਆਂ ਨੇ ਇੰਡੀਆ ਦੇ ਸੰਵਿਧਾਨ ਦੇ ਉੱਤੇ ਦਸਖਤ ਨਹੀਂ ਕੀਤੇ, ਜੋ ਕਰਕੇ ਜਿਹੜੇ ਵੀ ਵਹਿੰਦੇ ਗਾਂਧੀ ਨਹਿਰੂ ਪਟੇਲ ਨੇ ਕੀਤੇ ਸੀ ਉਹਨਾਂ ਕੋਲ ਇਹ ਮੁਨਕਰ ਹੋ ਗਏ। ਅੱਜ ਸੰਵਿਧਾਨ ਦੀ 25 ਧਾਰਾ ਕੀ ਕਹਿੰਦੀ ਹੈ? ਕਹਿੰਦੀ ਹੈ ਕਿ ਸਿੱਖ ਹਿੰਦੂ ਧਰਮ ਦਾ ਇੱਕ ਹਿੱਸਾ ਹੈਗੇ ਆ। ਤੁਸੀਂ ਦੱਸੋ ਕਿ ਅਸੀਂ ਇਸ ਚੀਜ਼ ਨੂੰ, ਇਹੋ ਜਿਹੀ ਗੱਲ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ? ਜਿੰਦਾਬਾਦ 1909 ਦੇ ਵਿੱਚ
1909 ਦੇ ਵਿੱਚ ਅੰਗਰੇਜ਼ ਹਕੂਮਤ ਨੇ ਸਾਡਾ ਆਨੰਦ ਮੈਰਿਜ ਐਕਟ ਬਣਾਇਆ ਸੀ, ਪਰ ਸਾਧ ਸੰਗਤ ਜੀ 1947 ਦੇ ਵਿੱਚ ਜਦੋਂ ਇੰਡੀਆ ਬਣਿਆ, ਇਹਨਾਂ ਨੇ ਹਿੰਦੁੱਤਵਾ ਦੇ ਲੋਕਾਂ ਨੇ, ਨਹਿਰੂ ਗਾਂਧੀ ਪਟੇਲ ਨੇ, ਜਿੰਨੇ ਵੀ ਅੰਗਰੇਜ਼ਾਂ ਦੇ ਕਾਨੂੰਨ ਸੀਗੇ, ਫੌਜਦਾਰੀ ਦੇ, ਐਵੀਡੈਂਸ ਐਕਟ ਦੇ, CRPC ਦੇ, ਸਾਰੇ ਮੰਨਦੇ, ਪਰ ਸਿੱਖਾਂ ਦਾ ਆਨੰਦ ਮੈਰਿਜ ਐਕਟ ਨਹੀਂ ਮੰਨਿਆ ਹੈ। ਇਹਦੇ ਲਈ ਅੱਜ ਵੀ ਅਸੀਂ ਚੀਫ ਦਿਹਾੜਾ ਕਰਦੇ ਹਾਂ। ਫਿਰ ਤੁਸੀਂ ਦੱਸੋ, ਕਰਤਾਰਪੁਰ ਸਾਹਿਬ ਜਿੱਥੇ ਪਹਿਲੀ ਪਾਤਸ਼ਾਹੀ ਨੇ ਆਪਣਾ ਆਖਰੀ ਜੀਵਨ ਮਨਾਇਆ, ਉਹ ਸਿਰਫ 3 ਕਿਲੋਮੀਟਰ ਇੰਡੀਆ ਦੀ ਹੱਦ ਤੋਂ ਹੈ, ਔਰ ਡੇਰਾ ਬਾਬਾ ਨਾਨਕ ਤੋਂ ਦਿਖਾਈ ਦਿੰਦਾ। ਜੇ ਉਹਦੀ ਮੰਗ ਕੀਤੀ ਹੈ ਤਾਂ ਉਹ ਵੀ ਨਹੀਂ ਪੂਰੀ ਕਰਦੇ। ਸਾਡੀ ਕਾਂਗਰਸ ਦਾ ਵਜ਼ੀਰ ਹੈ ਨਵਜੋਤ ਸਿੰਘ ਸਿੱਧੂ, ਉਸ ਨੂੰ ਜੋ ਮਰਜ਼ੀ ਕਹਿ ਦਿਓ, ਪਰ ਜਦੋਂ ਉਹ ਪਾਕਿਸਤਾਨ ਗਿਆ ਸੀ, ਉਸ ਨੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਤੇ ਫੌਜ ਦੇ ਜਨਰਲ ਬਾਜਵੇ ਦੇ ਨਾਲ ਗੱਲ ਕੀਤੀ। ਦੋਨਾਂ ਨੇ ਕਿਹਾ ਕਿ ਅਸੀਂ ਲਾਂਘਾ ਦੇਣ ਨੂੰ ਤਿਆਰ ਹੈ ਡੇਰਾ ਬਾਬਾ ਨਾਨਕ ਤੋਂ ਤੇ ਕਰਤਾਰਪੁਰ ਸਾਹਿਬ ਤੋਂ। ਇਸ ਚੀਜ਼ ਤੋਂ ਵੀ ਮੁੱਕਰ ਗਿਆ ਹਿੰਦੁੱਤਵਾ, ਸੈਂਟਰ ਦੀ ਸਰਕਾਰ। ਤੇ ਕੱਲ ਦੀਆਂ ਅਖਬਾਰਾਂ ਪੜ੍ਹੋ, ਬੀਜੇਪੀ ਤੇ RSS ਲੀਡਰ ਕਹਿੰਦੇ ਹੈ ਕਿ ਨਵਜੋਤ ਸਿੰਘ ਸਿੱਧੂ ਗੱਦਾਰ ਹੈ।